ਅਸੀਂ ਭੇਜਦੇ ਤੋਂ ਬਾਅਦ ਦੇ ਸਮੇਂ ਜਾ ਕੇ ਜਿੰਨੇ ਵੀ ਪੰਜਾਬੀ ਬੱਸੇ ਸਾਡਾ ਹਰ ਪਲ ਸਾਡਾ ਹਰ ਮਿਨਟ ਸਾਡੇ ਦੇਸ਼ ਵਾਸਤੇ ਹਮੇਸ਼ਾ ਸਾਡੀ ਨਾਮ ਬਣੀ ਰਹਿੰਦੀ ਹੈ। ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਬੰਧ ਵੱਲੋਂ ਵਿਖੇ ਵੱਲੋਂ ਅਤੇ ਤਕਰੀਬਨ ਸਿੱਖ ਕੌਂਸਲ ਦੇ ਵਿੱਚ 100 ਗੁਰਦੁਆਰਾ ਉਹਨਾਂ ਵੱਲੋਂ 2000 ਬੇਨਤੀਆਂ ਲਾਈਆਂ ਹਨ। ਬੜੇ ਲੰਬੇ ਸਮਿਆਂ ਤੋਂ ਜਿਹੜੀਆਂ ਸਰਕਾਰਾਂ ਦੀਆਂ ਇਹ ਕੋਸ਼ਿਸ਼ਾਂ ਰਹੀਆਂ ਇਹੋ ਜਿਹੇ ਜਿਹੜੀਆਂ ਰੈਲੀਆਂ ਹੁੰਦੀਆਂ ਇਹੋ ਜਿਹੇ ਮਜ਼ਾਰੇ ਹੁੰਦੇ ਆ ਜਿਹੜੇ ਕਾਲੇ ਕਾਨੂੰਨ ਬਣਾਏ ਆ ਉਹਨਾਂ ਨੂੰ ਕੰਮ ਕਰਨ ਵਾਸਤੇ ਜੋ ਅੱਜ ਕਿਸਾਨ ਪੂਰੇ ਭਾਵੇ ਇਕੱਠੇ ਹੋਏ ਆ ਇਸ ਅਕਾਲ ਤੋਂ ਉਹਦੀਆਂ ਬਹੁਤ ਹੀ ਕੋਈਆਂ ਸਾਧਨਾ ਦਿੱਤੀਆਂ ਜਾ ਰਹੀਆਂ ਹਨ। ਜਿਹੜੇ ਬਾਹਰਲੇ ਪੰਜਾਬੀ ਜਿਹੜੇ ਵੀ ਬਾਹਰ ਦੇਸ਼ਾਂ ਵਿੱਚ ਫਸੇ ਆ ਚਾਹੇ ਉਹ ਕਿਸੇ ਵੀ ਦੇਸ਼ ਹੋਏ ਕਿਸੇ ਵੀ ਪੰਜਾਬੀ ਹੋਣ ਅੱਜ ਉਹਨਾਂ ਸਾਰਿਆਂ ਦੀ ਨਿਗਾਹ ਬਾਹਰਲੇ ਦੇਸ਼ਾਂ ਦੇ ਵਿੱਚ ਇਸ ਮੈਡੀਕਲ ਤੇ ਟਿਕੀਆਂ ਹੋਈਆਂ ਹਨ। ਇਹਨਾਂ ਕਾਲੇ ਕਾਨੂੰਨਾਂ ਨੂੰ ਬਦਲਾਵ ਕਰਨ ਵਾਸਤੇ ਟਿਕੀਆਂ ਹੋਈਆਂ ਹਨ। ਅੱਜ ਯੂਕੇ ਦੀ ਧਰਤੀ ਵਿੱਚ ਲੰਡਨ ਦੇ ਵਿੱਚ ਬਹੁਤ ਵੱਡਾ ਇੱਕ ਬੈਂਕ ਜਿਹੜਾ ਨਾਮ ਜਾਣਾ ਹੋ ਰਿਹਾ ਰੈਲੀ ਹੋ ਰਹੀ ਆ ਸਹਿਯੋਗ ਨੂੰ ਕਿਸਾਨਾਂ ਦੇ ਸਹਿਯੋਗ ਵਾਸਤੇ ਹੋ ਰਿਹਾ ਜੋ ਅਸੀਂ ਸਾਰੀਆਂ ਸੰਗਤਾਂ ਦਾ ਸਾਰੇ ਕਿਸਾਨਾਂ ਦਾ ਜਿੰਨੇ ਵੀ ਜ਼ਮੀਰ ਇਕੱਠੇ ਹੋਏ ਆ ਦੇਸ਼ਾਂ ਦੇਸ਼ਾਂ ਤੋਂ ਜਿੰਨੇ ਵੀ ਇਹਨਾਂ ਦੇ ਨਾਲ ਸਾਡੇ ਪੂਰੇ ਜਿਹਨਾਂ ਨੂੰ ਸਨਮਾਨ ਕੀਤਾ ਦੇਸ਼ ਸਰਕਾਰਾਂ ਨੇ ਉਹ ਵਾਪਸ ਕੀਤੇ ਜਾ ਰਹੇ ਆ। ਜਿੰਨਾ ਵੀ ਇਸ ਦੇਸ਼ ਦਾ ਤਬਕਾ ਜਿਹੜਾ ਕਿਸਾਨੀ ਨਾਲ ਜੁੜਿਆ ਹੋਇਆ ਜਿਹੜਾ ਬਿਜ਼ਨਸ ਨਾਲ ਜੁੜਿਆ ਹੋਇਆ ਜਾਂ ਕੋਈ ਟੀਚਰ ਹੋਣ ਸਾਰੇ ਜਿੰਨੇ ਵੀ ਸਿੱਖਮ ਲੋਕ ਹੈਗੇ ਸਾਡੇ ਅੱਜ ਇਸ ਮਸਲੇ ਨਾਲ ਜੁੜਿਆ ਦੁਨੀਆਂ ਦੇ ਵਿੱਚ ਇਸ ਰੈਲੀ ਦੀਆਂ ਗੱਲਾਂ ਹੋ ਰਹੀਆਂ ਅੱਜ ਜੋ ਆਪਾਂ ਇਸ ਤਰੀਕੇ ਦੇ ਨਾਲ ਸ਼ਾਂਤੀਪੂਰਵਕ ਆਪਾਂ ਇਹ ਰੈਲੀ ਪਿਛਲੇ 70 ਦਿਨਾਂ ਤੋਂ ਕਾਮਯਾਬੀ ਬਣਾਈ ਹੈ। ਇਸੇ ਤਰ੍ਹਾਂ ਆਪਾਂ ਇਹ ਕਾਮਯਾਬੀ ਸ਼ਾਂਤੀ ਦੇ ਨਾਲ ਆਪਾਂ ਉਹਨਾਂ ਲੋਕਾਂ ਤੋਂ ਬਚ ਕੇ ਰਹਿਣਾ ਜਿਹੜੇ ਲੋਕ ਸਾਡੇ ਵਿੱਚ ਖੰਡ ਪਾ ਕੇ ਸਾਨੂੰ ਇਹ ਖਰਾਬ ਕਰਨਾ ਚਾਹੁੰਦੇ ਆ ਜੋ ਆਪਾਂ ਇਹ ਜ਼ਰੂਰ ਧਿਆਨ ਰੱਖਣਾ ਸ਼ਾਂਤੀ ਬਣਾਈ ਰੱਖਣਾ। ਇਸੇ ਤਰ੍ਹਾਂ ਸ਼ਾਂਤੀ ਦਾ ਪ੍ਰੋਟੈਸਟ ਜੋ ਸਾਡੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਉਹਨਾਂ ਨੇ ਸ਼ਾਂਤੀ ਦਿਖਾਈ ਸੀ ਲੇਕਿਨ ਸ਼ਾਂਤੀ ਤੋਂ ਬਾਅਦ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਰੀਤੀ ਰੀਤੀ ਫਿਰ ਕੇ ਪਰਵਾਨਾ ਪਾ ਕੇ ਰਾਮ ਦੇ ਵਿੱਚ ਪੁੱਤਰੇ ਸਨ। ਜੋ ਆਪਾਂ ਜਿਹੜੀ ਸਾਡੀ ਹਿਸਟਰੀ ਆ ਇਹ ਦੁਆਰਾ ਰਿਪੀਟ ਹੁੰਦੀ ਹੈ ਹਰ ਸਦੀ ਦੇ ਵਿੱਚ ਕੋਈ ਨਾ ਕੋਈ ਜਾਲਮ ਚਾਹੇ ਉਹ ਮੁਗਲ ਹੋਣ ਚਾਹੇ ਉਹ ਅੰਗਰੇਜ਼ ਹੋਣ ਚਾਹੇ ਅੱਜ ਦੀਆਂ ਸਰਕਾਰਾਂ ਹੋਣ ਇਹਨਾਂ ਦੇ ਵਿੱਚ ਫਰਕ ਕੋਈ ਨਹੀਂ ਹੈ ਸਿਰਫ ਇੱਕ ਨਾਮ ਬਦਲੇ ਹੈ ਜਿਹੜੇ ਬਦਲੇ ਆ ਹੋਰ ਕੋਈ ਫਰਕ ਨਹੀਂ। ਫੌਜੀਆਂ ਅੱਜ ਵੀ ਉਹੀ ਹੈ ਦਵਾਈ ਦੇ ਰੂਲ ਜੋ ਆਪਾਂ ਇਕੱਠਿਆਂ ਰਹਿਣਾ ਹੈ ਇਕੱਠੇ ਰਹਿ ਕੇ ਇਹ ਮੋਰਚੇ ਨੂੰ ਹਮਲਾ ਮਾਰਨਾ ਹੈ ਜਦ ਤੱਕ ਇਹ ਕਾਲੇ ਕਾਨੂੰਨ ਵਾਪਸ ਨਹੀਂ ਵੀ ਆਉਂਦੇ ਆਪਾਂ ਇਸੇ ਤਰ੍ਹਾਂ ਕਰੇ ਰਹਿਣਾ ਹੈ। ਸ੍ਰੀ ਗੁਰੂ ਸਿੰਘ ਸਾਹਿਬ ਦੇ ਪ੍ਰਬੰਧ ਵੱਲੋਂ ਸਿੱਖ ਕੌਂਸਲ ਜਿਹੜੇ ਪਿਛੋਕੜ ਹੋਣ ਯੂਕੇ ਤੋਂ ਕਰਦੀ ਹੈ ਉਹਨਾਂ ਵੱਲੋਂ ਇਹੀ ਸੁਨੇਹਾ ਹੈ ਅਸੀਂ ਸਾਰੇ ਯੂਕੇ ਦੀ ਸੰਗਤਾਂ ਤੁਹਾਡੇ ਦੇ ਨਾਲ ਤੁਹਾਡੇ ਨਾਲ ਜੋੜਨਾ ਲਾ ਕੇ ਖੜੇ ਹਾਂ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।